ਵਾਲੀ ਕੰਧਾਰੀ ਰਹਿੰਦਾ ਸੀ ਜਿਸ ਦੀ ਚਰਚਾ ਦੂਰ ਦੂਰ ਤੱਕ ਸੀ। ਗੁਰੂ ਜੀ ਅਤੇ ਭਾਈ ਮਰਦਾਨਾ ਹਸੜਦਾਰ ਜ਼ਿਲ੍ਹਾ ਅੱਡ ਪਹੁੰਚੇ ਜਿੱਥੇ ਭਾਈ ਮਰਦਾਨੇ ਨੇ ਬੇਨਤੀ ਕੀਤੀ, ਗੁਰੂ ਜੀ ਬਹੁਤ ਪਿਆਸ ਲੱਗੀ ਹੈ, ਪਾਣੀ ਪੀ ਆਵਾਂ। ਗੁਰੂ ਜੀ ਨੇ ਕਿਹਾ, ਇਸ ਪਹਾੜੀ ਦੇ ਉੱਤੇ ਇੱਕ ਫਕੀਰ ਰਹਿੰਦਾ ਹੈ ਜਿਸ ਦਾ ਨਾਮ ਬੋਲੀ ਕੰਧਾਰੀ ਹੈ। ਉਸ ਦੇ ਪਾਸ ਪਾਣੀ ਦਾ ਚਸ਼ਮਾ ਹੈ, ਸ਼ਾਇਦ ਉਹ ਤੈਨੂੰ ਉਸ ਵਿੱਚੋਂ ਪਾਣੀ ਪੀਣ ਦੀ ਆਗਿਆ ਦੇ। ਭਾਈ ਮਰਦਾਨਾ ਪਹਾੜੀ ਉੱਤੇ ਚੜ ਗਿਆ। ਭਾਈ ਮਰਦਾਨੇ ਨੇ ਬਲੀ ਕੰਧਾਰੀ ਕੋ ਉਸ ਦਾ ਚਸ਼ਮਾ ਵਿੱਚੋਂ ਪੀਣ ਦੀ ਆਗਿਆ ਮੰਗੀ। ਬਲੀ ਕੰਧਾਰੀ ਨੇ ਕਿਹਾ ਕਿ ਇਸ ਚਸ਼ਮੇ ਦਾ ਪਾਣੀ ਮੈਂ ਆਪਣੇ ਪੀਣ ਲਈ ਰੱਖਿਆ ਹੋਇਆ ਹੈ, ਅਗਰ ਮੈਂ ਦੂਜਿਆਂ ਨੂੰ ਦਿੰਦਾ ਰਿਹਾ ਤੇ ਇਹ ਮੁੱਕ ਜੂਗਾ। ਭਾਈ ਮਰਦਾਨੇ ਨੇ ਕਿਹਾ ਕਿ ਮੈਂ ਇੱਕ ਪਰਦੇਸੀ ਹਾਂ, ਮੈਨੂੰ ਕਿਸੇ ਹੋਰ ਥਾਂ ਦਾ ਨਹੀਂ ਪਤਾ ਜਿੱਥੇ ਪਾਣੀ ਪੀਣ ਨੂੰ ਮਿਲ ਸਕੇ। ਬਲੀ ਕੰਧਾਰੀ ਨਾ ਮੰਨਿਆ। ਭਾਈ ਮਰਦਾਨਾ ਗੁਰੂ ਜੀ ਕੋਲ ਵਾਪਸ ਆ ਗਿਆ ਤੇ ਉਹ ਵੀ ਕਹਿੰਦਾ ਜਿਵੇਂ ਬਲੀ ਕੰਧਾਰੀ ਨੇ ਕਿਹਾ ਸੀ। ਗੁਰੂ ਜੀ ਨੇ ਕਿਹਾ, ਉਸ ਉਹਨੂੰ ਕਹਿ ਕਿ ਫਕੀਰਾਂ ਨੂੰ ਅਹੰਕਾਰੀ ਨਹੀਂ ਹੋਣਾ ਚਾਹੀਦਾ, ਜੋ ਕੁਛ ਵੀ ਖੁਦਾ ਦਿੱਤਾ ਹੋਇਆ ਹੈ ਉਸਨੂੰ ਵੰਡ ਕੇ ਚੁੱਕਣਾ ਚਾਹੀਦਾ ਹੈ। ਭਾਈ ਮਰਦਾਨਾ ਦੂਜੀ ਵਾਰੀ ਪਹਾੜੀ ਉੱਤੇ ਚੜ ਗਿਆ ਤੇ ਉਸ ਤਰ੍ਹਾਂ ਹੀ ਕਹਿਤਾ ਜਿਵੇਂ ਗੁਰੂ ਜੀ ਨੇ ਕਿਹਾ ਸੀ। ਬਲੀ ਕੰਧਾਰੀ ਨੇ ਕਿਹਾ, ਜੇ ਤੇਰੇ ਗੁਰੂ ਕੋ ਇੰਨੀ ਸ਼ਕਤੀ ਹੈ ਤੇ ਉਹ ਤੈਨੂੰ ਪਾਣੀ ਕਿਉਂ ਨਹੀਂ ਪਿਲਾ ਦਿੰਦਾ। ਭਾਈ ਮਰਦਾਨਾ ਗੁਰੂ ਜੀ ਕੋ ਵਾਪਸ ਆ ਗਿਆ ਤੇ ਉਹ ਹੀ ਕਹਿਤਾ ਜਿਵੇਂ ਬਲੀ ਕੰਧਾਰੀ ਨੇ ਕਿਹਾ ਸੀ। ਗੁਰੂ ਜੀ ਨੇ ਕਿਹਾ, ਭਾਈ ਮਰਦਾਨਿਆ ਨਿਡਾਲ ਨਾ ਹੋ, ਉਹ ਪੱਥਰ ਪਾਸੇ ਕਰ। ਭਾਈ ਮਰਦਾਨੇ ਨੇ ਉਹ ਪੱਥਰ ਪਾਸੇ ਕੀਤਾ ਤੇ ਉਸ ਥੱਲਿਓਂ ਨਿਰਮਲ ਜਲ ਨਿਕਲ ਆਇਆ। ਜਦੋਂ ਬਲੀ ਕੰਧਾਰੀ ਦੀ ਆਪਣੇ ਚਸ਼ਮੇ ਤੇ ਨਜ਼ਰ ਪਈ ਤਾਂ ਉਸ ਦਾ ਪਾਣੀ ਘੱਟ ਰਿਹਾ ਸੀ। ਬਲੀ ਕੰਧਾਰੀ ਨੇ ਜਦੋਂ ਥੱਲੇ ਵੇਖਿਆ ਤੇ ਭਾਈ ਮਰਦਾਨਾ ਪਾਣੀ ਪੀ ਰਿਹਾ ਸੀ। ਬਲੀ ਕੰਧਾਰੀ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਬਹੁਤ ਵੱਡਾ ਪੱਥਰ ਪਹਾੜੀ ਤੋਂ ਗੁਰੂ ਜੀ ਅਤੇ ਭਾਈ ਮਰਦਾਨਾ ਨੂੰ ਮਾਰਨ ਲਈ ਰੇੜ ਦਿੱਤਾ। ਗੁਰੂ ਜੀ ਨੇ ਆਪਣੇ ਹੱਥ ਤੋਂ ਉਸ ਪੱਥਰ ਨੂੰ ਰੋਕ ਲਿਆ। ਗੁਰੂ ਜੀ ਦੇ ਪੰਜੇ ਉਸ ਪੱਥਰ ਵਿੱਚ ਟੱਸ ਗਏ ਜਿਸ ਦੇ ਨਿਸ਼ਾਨ ਅੱਜ ਤੱਕ ਉਸ ਪੱਥਰ 'ਤੇ ਦਿਖਦੇ ਹੈ। ਬਲੀ ਕੰਧਾਰੀ ਨੇ ਜਦੋਂ ਦੇਖਿਆ ਕਿ ਪੱਥਰ ਰੁਕ ਗਿਆ ਹੈ ਤੇ ਉਸਨੇ ਗੁਰੂ ਜੀ ਕੋਲ ਆਪਣੀ ਗਲਤੀਆਂ ਦੀ ਮਾਫ਼ੀ ਮੰਗੀ। ਉਸ ਜਗ੍ਹਾ ਦਾ ਨਾਮ ਹਸੜਦਾਰ ਤੋਂ ਗੁਰਦੁਆਰਾ ਪੰਜਾ ਸਾਹਿਬ ਤੋਂ ਮਸ਼ਹੂਰ ਹੈ। ਇਸ ਤਰ੍ਹਾਂ ਗੁਰੂ ਜੀ ਨੇ ਅਹੰਕਾਰ ਦਾ ਸਿਰ ਨੀਵਾਂ ਕੀਤਾ।